ਸਾਹਨੇਵਾਲ ਵਿੱਚ ਬ੍ਰਹਮ ਕੁਮਾਰੀ ਜੀ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਅਤੇ ਸ਼ਿਵ ਬਾਬਾ ਦੇ ਭਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਛੋਟੇ ਛੋਟੇ ਬੱਚਿਆਂ ਦੀਆਂ ਝਾਕੀਆਂ ਨੇ ਸੰਗਤਾਂ ਦਾ ਮਨ ਮੋਹ ਲਿਆ। ਇਸ ਮੌਕੇ ਬ੍ਰਹਮ ਕੁਮਾਰੀ ਜੀ ਲੁਧਿਆਣਾ ਕੇਂਦਰ ਦੇ ਇੰਚਾਰਜ ਦਾਸ ਦੇਵੀ ਅਤੇ ਸਾਹਨੇਵਾਲ ਨਗਰ ਕੌਂਸਲ ਦੇ ਪ੍ਰਧਾਨ ਕੈਪਟਨ ਸੁਰਜੀਤ ਸਿੰਘ ਹਰਾ ਨੇ ਵੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪ੍ਰਧਾਨ ਹਰਾ ਨੇ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਭਗਵਾਨ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਸਾਹਨੇਵਾਲ ਦੇ ਰੁਕੇ ਹੋਏ ਕੰਮਾਂ ਨੂੰ ਵੀ ਜਲਦ ਤੋਂ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ। ਇਹਨਾਂ ਬਾਰੇ ਮੈਨੂੰ ਪਤਾ ਲੱਗਿਆ ਕਿ ਇੱਕ ਇਹ ਜਿਹੜੀ ਸੰਸਥਾ ਹੈ ਬਹੁਤ ਹੀ ਵੱਡੇ ਲੈਵਲ 'ਤੇ ਅੱਜ ਦੇ ਯੁੱਗ ਦੇ ਵਿੱਚ ਜਦੋਂ ਟੈਨਸ਼ਨਾਂ ਵੱਧ ਚੁੱਕੀਆਂ ਨੇ, ਇਹ ਜੋ ਸਿੱਖਿਆ ਦੇ ਰਹੇ ਨੇ ਉਹ ਬਹੁਤ ਹੀ ਇੱਕ ਅਪਰੰਪਾਰ, ਮੈਂ ਕਹੂੰਗਾ ਬਹੁਤ ਵੱਡੀ ਸਿੱਖਿਆ। ਔਰ ਸਾਰੇ ਹੀ ਸਾਹਨੇਵਾਲ ਦੇ ਬਾਕੀ ਕੌਂਸਲਰ ਸਾਹਿਬਾਨ ਵੱਲੋਂ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਅੱਜ ਦੇ ਸ਼ੁਭ ਦਿਹਾੜੇ ਦੀ। ਔਰ ਰਾਜੂ ਭਾਟੀਆ ਦੀ ਰਿਪੋਰਟ, ਕੇਬੀਟੀ ਨਿਊਜ਼, ਸਾਹਨੇਵਾਲ। ਬ੍ਰਹਮ ਕੁਮਾਰੀ ਵਿਸ਼ਵਵਿਦਿਆਲਾ।